ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਅੱਜ ਵਿਧਾਨ ਸਭਾ ਇਜਲਾਸ ਨੂੰ ਲੈ ਕੇ। ਕੁਲਵਿੰਦਰ ਜੀ ਸਾਡੇ ਨਾਲ ਜੁੜੇ ਸੀਗੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਸਾਡੇ ਕਾਲਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕੁਝ ਕਹਿਣਾ ਚਾਹੁੰਦੇ ਹੋ? ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਦੇ ਮੁੰਡੇ ਦੇ ਜਿਹੜੀ ਗੱਲ ਹੋਣੀ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ। ਜੀ, ਇਹ ਕਹਿਣ ਦੀਆਂ ਗੱਲਾਂ ਰਹਿ ਗਈਆਂ। ਅੱਜ ਕੱਲ ਦੇਖੋ, ਸਜ਼ਾ ਸਾਡਾ ਹਿੰਦੁਸਤਾਨ ਦਾ ਕਾਨੂੰਨ ਅੰਧਾ ਹੈ, ਕਿਉਂਕਿ ਪਾਕਿਸਤਾਨ ਚ ਨਵਾਜ਼ ਸ਼ਰੀਫ ਨੂੰ ਸਜ਼ਾ ਹੋ ਸਕਦੀ ਹੈ, ਪਰ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੂੰ ਸਜ਼ਾ ਨਹੀਂ ਹੋ ਸਕਦੀ, ਕਿਉਂਕਿ ਇੱਥੇ ਅੰਧਾ ਕਾਨੂੰਨ ਹੈ, ਕੋਈ ਪੁੱਛਦਾ ਨੀ। ਹਰਮਿੰਦਰ ਸਿੰਘ ਅਤੇ ਕਾਂਗਰਸ ਵੀ ਇਹਨਾਂ ਨਾਲ ਰਲੀ ਹੋਈ ਹੈ, ਇੱਕੋ ਚੱਟੀ ਬੱਟੀ ਦੇ ਪੱਤੇ ਆ। ਮੈਂ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਵੀ ਅਸੀਂ ਤੁਸੀਂ ਦੇਖ ਕੇ ਬੋਲ ਕੇ ਚਲੇ ਜਾਣਾ, ਬਾਕੀ ਕਰਨਾ ਕਰਾਉਣਾ ਕਿਸੇ ਨੇ ਕੁਛ ਨੀ, ਬੋਲਣਾ ਹੀ ਬਣਾਉਣਾ ਹੀ ਹੈ ਬਸ। ਜੀ ਜੀ ਜੀ, ਹਾਲਾਤ ਹੋ ਗਏ ਠੰਡੇ ਵਜੇ ਨਾਲ, ਭਾਜੀ ਕਹਿੰਦੇ ਠੰਡੇ ਚੁੱਲ੍ਹੇ ਠੰਡੇ ਬਾਸੇ ਚ ਪੈ ਗਈ ਗੱਲ, ਉਹ ਪੈ ਚੁੱਕੀ ਹੈ। ਮਾਹੌਲ ਵੇਖਣ ਨੂੰ ਮਿਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ? ਅੱਜ ਜਿਹੜੀ ਡਿਬੇਟ ਜਿੰਨੀ ਕੁ ਵੀ ਮੈਂ ਦੇਖੀ ਆ, ਵੀਡੀਓ ਦੇਖੀ ਆ ਜਾਂ ਸਟੇਟਮੈਂਟ ਸੁਣੀਆਂ ਆ ਜਿੰਨੀਆਂ ਕਿੰਨੀਆਂ, ਸਾਰਿਆਂ ਨੇ ਆਲਮੋਸਟ ਚੰਗੀਆਂ ਗੱਲਾਂ ਅੱਜ ਸਾਨੂੰ ਸੁਣਨ ਨੂੰ ਮਿਲੀਆਂ ਆ। ਕਿਤੇ ਕਿਤੇ ਵਿੱਚ ਨੀਵੇਂ ਪੱਧਰ ਦੀ ਰਾਜਨੀਤੀ ਵੀ ਦੇਖਣ ਨੂੰ ਮਿਲੀ ਆ ਕਈ ਲੀਡਰਸ ਵੱਲੋਂ ਜੀ, ਤੇ ਇਹਦੇ ਨਾਲ ਮੈਂ ਕਿਸ ਗੱਲ ਨੂੰ ਫੀਲ ਕਰਦਾ ਕਿ ਹੁਣ ਜਿਹੜੀ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਕੇ ਜਿਨ੍ਹਾਂ ਨੇ ਵੀ ਦੋਸ਼ ਗੁਨਾਹ ਕੀਤਾ, ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲੇ ਜਾਂ ਨਾ ਮਿਲੇ, ਬਟ ਅੱਜ ਸਾਡੇ ਸਿੱਖ ਜਗਤ ਦੇ ਵਿੱਚ ਜਿੰਨੇ ਲੋਕਾਂ ਨੇ ਇਹ ਰਿਪੋਰਟ ਸੁਣੀ ਆ ਜੀ, ਉਹਨਾਂ ਨੇ ਸਜ਼ਾ ਜ਼ਰੂਰ ਦੇ ਦਿੱਤੀ ਆ ਇਹਨਾਂ ਦੋਸ਼ੀਆਂ ਨੂੰ, ਤੇ ਇਹਨਾਂ ਨੂੰ ਫੀਲ ਵੀ ਹੋ ਗਿਆ ਅੱਜ ਕਿ ਅੱਜ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਮਿਲ ਗਈ ਆ। ਜਿੱਦਾਂ ਇਹ ਬੜੀ ਵੱਡੀ ਗੱਲ ਆ, ਕਿਸੇ ਪੰਜ ਵਾਰ ਮੁੱਖ ਮੰਤਰੀ ਰਹੇ ਇਨਸਾਨ ਦੇ ਉੱਪਰ ਏਡਾ ਵੱਡਾ ਦੋਸ਼ ਲੱਗਾ ਅੱਜ, ਤੇ ਦੋਸ਼ ਨੀ ਲੱਗਾ, ਇਹ ਦੋਸ਼ ਤੈਅ ਹੋ ਗਿਆ ਇੱਕ ਤਰ੍ਹਾਂ ਨਾਲ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਕਿ ਕਿੱਦਾਂ ਹੁਣ ਹੋਣੀ ਆ ਇਹ ਜਿਹੜੀ ਇਨਵੈਸਟੀਗੇਸ਼ਨ, ਕਿੱਥੇ ਤੱਕ ਜਾਊਗੀ ਕਿੱਥੇ ਤੱਕ ਨਹੀਂ ਜਾਊਗੀ, ਇਹਦੇ ਬਾਰੇ ਚ ਤਾਂ ਟਾਈਮ ਸਾਨੂੰ ਦੱਸੂਗਾ। ਪਰ ਮੈਨੂੰ ਅੱਜ ਇੱਕ ਆਸ ਦੀ ਕਿਰਨ ਮੈਨੂੰ ਹੋਰ ਦਿਸੀ ਆ, ਮੈਂ ਬਹੁਤ ਗੱਲਾਂ ਸੁਣੀਆਂ ਚਰਨਜੀਤ ਚੰਨੀ ਦੀ, ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਆ। ਉਸਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿਹਾ ਕਿ ਅੱਜ ਸਾਡੇ ਕੋਲ ਮੌਕਾ ਆ ਦੋਸ਼ੀਆਂ ਨੂੰ ਸਜ਼ਾ ਦੇਣ ਦਾ, ਅਸੀਂ ਜੇਕਰ ਨਹੀਂ ਸਜ਼ਾ ਦਿੱਤੀ ਤਾਂ ਯਾਦ ਰੱਖਿਓ ਇਹ ਲੋਕ ਸਾਨੂੰ ਵੀ ਨਹੀਂ ਬਖਸ਼ਣਗੇ। ਉਹਨੇ ਉਹ ਐਡਮਿਟ ਕੀਤੀ ਆ ਉਹਨੇ ਗੱਲ ਕਿ ਜੇ ਸਾਡੀ ਗਵਰਨਮੈਂਟ ਦੇ ਵਿੱਚ ਅਸੀਂ ਇਹਨਾਂ ਨੂੰ ਇਨਸਾਫ਼ ਲੋਕਾਂ ਨੂੰ ਨਹੀਂ ਦਿੱਤਾ ਤੇ ਵਾਰੀ ਸਾਡੀ ਵੀ ਆਉਣੀ ਹੈ ਇਸੇ ਕਟਹਿਰੇ ਚ ਖੜਨੇ ਦੀ। ਜੀ ਜੀ, ਵੈਰੀ ਨਾਈਸ, ਵੈਰੀ ਨਾਈਸ। ਉਸ ਤੋਂ ਮੈਨੂੰ ਬਹੁਤ ਚੰਗੀ ਗੱਲ ਲੱਗੀ ਹੈ ਕਿ ਕੋਈ ਬੰਦਾ ਐਡਮਿਟ ਕਰ ਰਿਹਾ ਕਿ ਜੇ ਸਾਨੂੰ ਲੋਕਾਂ ਨੇ ਰਿਸਪੋਂਸੀਬਿਲਿਟੀ ਦਿੱਤੀ ਆ ਤੇ ਸਾਨੂੰ ਇਸ ਕੰਮ ਨੂੰ ਕਰਨਾ ਚਾਹੀਦਾ ਸਹੀ ਤਰੀਕੇ ਦੇ ਨਾਲ। ਜੀ 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 ਜੀ, ਥੈਂਕ ਯੂ। ਆਈ ਹੋਪ ਕਿ ਸਾਨੂੰ 117 ਲੋਕ ਇਦਾਂ ਹੀ ਮਿਲ ਜਾਣ ਕਿਤੇ ਸਹੀ ਗੱਲ ਕਰਨੇ ਵਾਲੇ। ਲੈਟਸ ਸੀ ਈਵਨ ਵੀ ਆਰ ਵੇਟਿੰਗ ਫਾਰ ਦਿਸ ਆਲਸੋ। ਕੁਲਵਿੰਦਰ ਜੀ, ਬਹੁਤ ਵਧੀਆ ਗੱਲ ਤੁਸੀਂ ਕਹੀ ਇੱਥੇ, ਔਰ ਜਿਹੜੀ ਚਰਨਜੀਤ ਸਿੰਘ ਚੰਨੀ ਨੇ ਕਹੀ। ਨਵੀਨ ਜੀ, ਵਾਂਟ ਟੂ ਸੇ ਸਮਥਿੰਗ? ਜੀ ਦੇਖੋ, ਇਸ ਤਰ੍ਹਾਂ ਇਸ ਰਿਪੋਰਟ ਦੇ ਉੱਤੇ ਸਿਆਸਤ ਹੋਈ ਹੈ, ਮੈਂ ਮੰਨਦਾ ਜਿਸ ਤਰ੍ਹਾਂ ਹੁਣ ਆਪਣੇ ਦਰਸ਼ਕਾਂ ਨੇ ਕਿਹਾ ਕਿ ਇਹਦੇ ਉੱਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰਨਾ ਚਾਹੀਦਾ ਕੋਈ ਨਾ ਕੋਈ ਐਕਸ਼ਨ, ਨਹੀਂ ਤਾਂ ਕੱਲ੍ਹ ਨੂੰ ਜਨਤਾ ਉਹਨਾਂ ਤੋਂ ਵੀ ਜਵਾਬ ਮੰਗੇਗੀ ਜਿਸ ਤਰ੍ਹਾਂ ਦਾ ਪਹਿਲੀ ਸਰਕਾਰ ਤੋਂ ਜਵਾਬ ਮੰਗਿਆ। ਲੇਕਿਨ ਬੜੀ ਇੰਟਰਸਟਿੰਗ ਚੀਜ਼ ਹੈ, 2015 ਦੇ ਵਿੱਚ ਜਦੋਂ ਇੱਕ ਬਰਗਾੜੀ ਦੇ ਵਿੱਚ ਜਿਹੜੀ ਇੰਸੀਡੈਂਟ ਹੋਈ ਸੀ, ਇਹਦੀ ਤਫਤੀਸ਼ ਵਾਸਤੇ ਰੌਲਾ ਪਿਆ, ਲੋਕਾਂ ਨੇ ਕਿਹਾ ਵੀ ਇਹਦੀ ਤਫਤੀਸ਼ ਕਰਾਓ, ਇਹਦੇ ਨਾਲ ਸੈਂਟੀਮੈਂਟਸ ਜੁੜੇ, ਅਸੀਂ ਹਰਟ ਹੋਏ ਹਾਂ, ਇਹਦੀ ਬੜੇ ਪੈਮਾਨੇ 'ਤੇ ਰੌਲਾ ਪਿਆ ਪੰਜਾਬ 'ਚ। ਅਤੇ ਉਸ ਸਮੇਂ ਦੀ ਸਰਕਾਰ ਨੇ ਇਹ ਜਿਹੜਾ ਬਰਗਾੜੀ ਵਾਲਾ ਮਾਮਲਾ ਸੀਗਾ ਉਹ CBI ਨੂੰ ਸੌਂਪ ਦਿੱਤਾ। ਇੱਕ ਇੰਟਰਸਟਿੰਗ ਗੱਲ ਹੈ ਵੈ, ਜਿਹੜਾ ਬਹਿਬਲ ਕਲਾਂ ਦਾ ਔਰ ਜਿਹੜਾ ਦੂਜਾ ਸੀਗਾ ਕੋਟਕਪੂਰਾ ਵਾਲਾ, ਇਹ ਪਿਛਲੇ ਮਹੀਨੇ ਹੀ ਅਮਰਿੰਦਰ ਸਿੰਘ ਦੀ ਸਰਕਾਰ ਨੇ CBI ਨੂੰ ਦਿੱਤੇ ਕੇਸ। ਕਰੈਕਟ, ਐਂਡ CBI ਨੇ ਕੀ ਕੀਤਾ? CBI, ਅੱਛਾ ਸੁਣ ਤੋ ਲੋ, ਜਿਹੜਾ 2015 ਦਾ ਕੇਸ CBI ਤਫਤੀਸ਼ ਕਰ ਰਹੀ ਹੈ, ਤੁਸੀਂ ਇਹ ਨੋਟਿਸ ਕਰੋ, ਉਹਨੇ ਹੁਣ ਤੱਕ ਕੋਈ ਰਿਪੋਰਟ ਹੀ ਨਹੀਂ ਦਿੱਤੀ ਜੀ। ਕਿਸੇ ਨੇ ਉਹਨੂੰ ਪੁੱਛਿਆ ਵੀ ਨਹੀਂ CBI ਨੂੰ ਕਿ ਤੁਸੀਂ ਭਾਈ ਸਾਹਿਬ ਕੀਤਾ ਕੀ ਜੀ।
ਜਿਸ ਲੋਕ ਇਹ ਕਹਿੰਦੇ ਨੇ ਕਿ ਸੀ ਬੀ ਆਈ ਨੂੰ ਕੇਸ ਦੇ ਦਿਓ, ਸੀ ਬੀ ਆਈ ਸਭ ਤੋਂ ਵੱਡਾ ਇਨਸਾਫ ਕਰੇਗੀ, ਜਲਦੀ ਤਫਤੀਸ਼ ਕਰੇਗੀ। 2015 ਦਾ ਕੇਸ ਸਰਕਾਰ ਨੂੰ ਵੀ ਆਏ ਸਾਲ ਤੋਂ ਉੱਪਰ ਹੋ ਗਿਆ, ਇਹਨਾਂ ਨੇ ਸੀ ਬੀ ਆਈ ਤੋਂ ਦੇ ਡਿਡਨਟ ਫੋਲੋ ਦਸ ਕਿ ਹੁਣ ਤੱਕ ਸੀ ਬੀ ਆਈ ਨੇ ਕੋਈ ਚਾਰਜਸ਼ੀਟ ਨਹੀਂ, ਕੋਈ ਕੁਛ ਨਹੀਂ, ਸੀ ਬੀ ਆਈ ਨੋਟ ਫਾਈਂਡਿੰਗ ਫਾਊਂਡ ਐਨੀਥਿੰਗ। ਜਿਹੜੇ ਬਾਕੀ ਦੇ ਦੋ ਕੇਸ ਸੀ ਕੋਟਕਪੂਰਾ ਫਾਇਰਿੰਗ ਔਰ ਬੈਬਲ ਕਲਾਂ ਵਾਲਾ, ਇਹ ਪਿਛਲੇ ਮਹੀਨੇ ਹੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੀ ਬੀ ਆਈ ਨੂੰ ਟ੍ਰਾਂਸਫਰ ਕੀਤੇ ਕੇਸ ਕਿ ਤੁਸੀਂ ਇੱਕ ਕਰ ਰਹੇ ਹੋ, ਬਾਕੀ ਦੋ ਵੀ ਕਰੋ। ਠੀਕ ਹੈ, ਹੁਣ ਠੀਕ ਇੱਕ ਮਹੀਨੇ ਦੇ ਬਾਅਦ ਉਹ ਸਾਰੇ ਕੇਸ ਵਾਪਸ ਲਏ ਜਾ ਰਹੇ ਆ, ਉਹ ਹੁਣ ਇਹਨੂੰ ਇਸ ਸਿਆਸਤ ਦੇ ਵਿੱਚ ਘੁਮਾ ਰਹੇ ਆ। ਇਹ ਬਹੁਤ ਵੱਡਾ ਮਤਲਬ ਇੱਕ ਸਮਝ ਲਓ ਸਿਆਸੀ ਰਿਸਕ ਹੈ ਫੋਰ ਦੀ ਪੰਜਾਬ ਗਵਰਨਮੈਂਟ ਆਲਸੋ, ਫੋਰ ਕੈਪਟਨ ਅਮਰਿੰਦਰ ਸਿੰਘ ਆਲਸੋ, ਫੋਰ ਫਿਊਚਰ ਆਫ ਕਾਂਗਰਸ ਆਲਸੋ। ਅੱਛਾ, ਵਟ ਯੂ ਥਿੰਕ, ਦੇਖੋ ਟੂ ਡਿਫੇਮ ਅਕਾਲੀ ਦਲ, ਕਾਂਗਰਸ ਵਿਲ ਸ਼ੋਕੇਸ ਦਿਸ ਇਸ਼ੂ, ਸ਼ੋਕੇਸ ਦੀ ਇਸ਼ੂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਕਹਿੰਦਾ ਇੰਨਾ ਸੈਂਸਿਟਿਵ ਮਾਮਲਾ ਸੀਗਾ, ਅਗਰ ਇੰਡਿਕਟ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਫੇਸ ਕਰਨਾ ਚਾਹੀਦਾ ਸੀਗਾ। ਉਹਨਾਂ ਨੇ ਕਹਿਣੀ ਜੀ ਇੱਥੇ ਓਰਕੈਸਟ੍ਰੇਟਿਡ ਰਿਪੋਰਟ ਹੈ, ਐਟ ਬੋਗਸ ਕਮਿਸ਼ਨ ਹੈ, ਅਸੀਂ ਇਹਨੂੰ ਮੰਨਦੇ ਹੀ ਨਹੀਂ, ਉਹ ਉੱਠ ਕੇ ਚਲੇ ਗਏ। ਦੇ ਆਰ ਨੋਟ ਫੇਸਿੰਗ ਦ ਟ੍ਰਾਇਲ, ਦੇ ਆਰ ਨੋਟ ਫੇਸਿੰਗ ਦੀ ਰਿਪੋਰਟ। ਉਸ ਤੋਂ ਬਾਅਦ ਉਹਨੇ ਕੀ ਰਿਪੋਰਟ ਦਿੰਦੇ, ਸਿੱਧਾ ਸਿੱਧਾ ਇੰਡਿਕਟ ਕਰ ਦਿੱਤਾ। ਸੀ ਬੀ ਆਈ ਨੇ ਹਾਲੇ ਤੱਕ ਤਫਤੀਸ਼ ਨਹੀਂ ਕੀਤੀ, ਅਤੇ ਹੁਣ ਪੰਜਾਬ ਪੁਲਿਸ ਕੀ ਕਰ ਲੇਗੀ? ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੁਸੀਂ ਬਣਾਓਗੇ? ਸਟਿਲ ਯੂ ਆਰ ਗਿਵਿੰਗ ਦੈਮ 2-3 ਮੰਥਸ ਟਾਈਮ। ਹੁਣ ਇਹ ਵੈ ਕਿ ਇੱਕ ਡਿੱਕੀ ਦੇ ਵਿੱਚ ਫਸ ਗਏ। ਔਰ ਸਭ ਤੋਂ ਵੱਡੀ ਗੱਲ, ਪੰਜਾਬ ਪੁਲਿਸ ਦੇ ਅਫਸਰਾਂ ਦੇ ਨਾਂ ਆ ਰਹੇ ਸੀ, ਐਂਡ ਨਾਓ ਦਿਸ ਪੰਜਾਬ ਪੁਲਿਸ ਗੁਨਾ, ਅਫਸਰਾਂ ਨੇ ਹੀ ਫਾਇਰਿੰਗ ਕੀਤੀ, ਮਤਲਬ ਅਫਸਰਾਂ ਨੇ ਹੀ ਫਾਇਰ, ਉਹਨਾਂ ਦੇ ਆਦੇਸ਼ ਤੇ ਫਾਇਰਿੰਗ ਹੋਈ, ਬੇਗੁਨਾਹ ਮਾਰੇ ਗਏ। ਹੁਣ ਉਹੀ ਅਫਸਰ ਆਪਣੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਲੱਭਣਗੇ ਵੀ ਸਾਡੇ ਕਿਹੜੇ ਕਾਂਸਟੇਬਲ ਹੈਡ ਕਾਂਸਟੇਬਲ ਦੀ ਜ਼ਿੰਮੇਵਾਰੀ ਸੀ? ਡੂ ਯੂ ਥਿੰਕ ਦਿਸ ਰਿਪੋਰਟ ਵਿਲ ਕਮ ਐਵਰ? ਦੂਸਰਾ ਇਹ ਚੀਜ਼ ਹੈ, ਹੁਣ ਮੈਂ ਤੁਹਾਨੂੰ ਦੱਸਦਾ ਇੱਕ ਸਿਆਸੀ ਇੱਕ ਸੋਲੂਸ਼ਨ ਤੇ ਫੌਜ ਕੜਿੱਕੀ 'ਚ ਆ ਗਈ ਜਾਨ ਕਿ ਹੁਣ ਤੁਸੀਂ ਐਕਸ਼ਨ ਲੈਂਦੇ ਹੋ ਤੇ ਕੀ ਲੈਂਦੇ ਹੋ? ਹੁਣ ਹੁਣ ਜਨਤਾ ਅਗਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੇਖ ਰਹੀ ਹੈ ਔਰ ਪੰਜਾਬ ਸਰਕਾਰ ਨੂੰ ਵੀ ਦੇਖ ਰਹੀ ਹੈ ਕਿ ਜੇ ਤੁਹਾਡੇ ਕੋਲ ਇੱਕ ਰਿਪੋਰਟ ਆ ਗਈ ਸੀ, ਇੱਕ ਰਿਟਾਇਰਡ ਜਸਟਿਸ ਦੇ ਤੁਸੀਂ ਕਮਿਸ਼ਨ ਨੂੰ ਬਿਠਾਇਆ, ਤੇ ਇਹਦਾ ਮਤਲਬ ਉਸ ਕਮਿਸ਼ਨ ਦਾ ਕੋਈ ਮਾਇਨਾ ਨਹੀਂ ਸੀ? ਪਹਿਲਾਂ ਉਸਨੂੰ ਪ੍ਰੋਪਰ ਟਾਈਮ ਦਿੱਤਾ, ਉਹਨਾਂ ਤੋਂ ਰਿਪੋਰਟ ਲਈ, ਰਿਪੋਰਟ ਵੀ ਲੀਕ ਕਰਾਤੀ, ਐਕਸ਼ਨ ਟੇਕਨ ਰਿਪੋਰਟ ਵੀ ਲੀਕ ਕਰਾਤੀ, ਉਸ ਰਿਪੋਰਟ ਦੇ ਉੱਤੇ ਅਸੈਂਬਲੀ 'ਚ ਬਹਿਸ ਵੀ ਹੋ ਗਈ, ਵਾਕਆਊਟ ਵੀ ਹੋ ਗਏ। ਹੁਣ ਤੁਸੀਂ ਕਹਿ ਰਹੇ ਹੋ ਨਹੀਂ ਜੀ ਹੁਣ ਪੰਜਾਬ ਪੁਲਿਸ ਨਵੇਂ ਸਿਰੇ ਤੋਂ, ਇਟ ਮੀਨਸ ਯੂ ਆਰ ਬਾਇੰਗ ਟਾਈਮ, ਇਟ ਮੀਨਸ ਯੂ ਆਰ ਟਰਾਇੰਗ ਟੂ ਡਿਲੇ ਦ ਇਸ਼ੂ। ਹੁਣ ਕਿਉਂਕਿ ਕੈਪਟਨ ਅਮਰਿੰਦਰ ਵਾਸਤੇ ਵੀ, ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਬਹੁਤ ਵੱਡਾ ਇਸ਼ੂ ਹੈ ਕਿ ਇਜ਼ ਹੀ ਗੋਇੰਗ ਟੂ ਇੰਪਲੀਮੈਂਟ ਦ ਰਿਪੋਰਟ, ਇਜ਼ ਹੀ ਗੋਇੰਗ ਟੂ ਟੇਕ ਐਨੀ ਐਕਸ਼ਨ? ਨਥਿੰਗ, ਆਈ ਥਿੰਕ ਇਟ ਇਜ਼ ਵਿੰਟਰ ਵਿੰਟਰ ਸੈਸ਼ਨ ਹੋਏਗਾ। ਹੁਣ ਰਿਪੋਰਟ ਦੇ ਉੱਤੇ ਪੂਰੀ ਸਿਆਸਤ ਹੋ ਰਹੀ ਹੈ, ਇਹਨੂੰ ਜਾਣ ਕੇ ਟਾਈਮ ਬਾਇਆਊਟ ਕੀਤਾ ਜਾ ਰਿਹਾ, ਮੈਨੂੰ ਜਿਹੜਾ ਲੱਗਦਾ, ਜਿਹਦੇ ਨਾਲ ਕੀ ਹੋਏਗਾ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਿਆਸੀ ਫਾਇਦਾ ਹੋ ਰਿਹਾ, ਔਰ ਪੰਜਾਬ ਜਿਹੜੀ ਪੰਜਾਬ ਸਰਕਾਰ ਹੈ ਕਹੀ ਅਸੀਂ ਤਾਂ ਤਫਤੀਸ਼ ਕਰਾ ਰਹੇ ਹਾਂ, ਅਸੀਂ ਇਹਦੇ ਤੋਂ ਨਹੀਂ ਕਰਾ ਰਹੇ, ਹੁਣ ਅਸੀਂ ਸੈਕਿੰਡ ਪਾਰਟੀ ਤੋਂ ਕਰਾ ਰਹੇ ਹਾਂ, ਸੈਕਿੰਡ ਤੋਂ ਨਹੀਂ ਹੁਣ ਅਸੀਂ ਥਰਡ ਪਾਰਟੀ ਤੋਂ ਕਰਾ ਰਹੇ ਹਾਂ, ਤੋ ਦਿਸ ਵਿਲ ਲਿੰਗਰ ਔਨ। ਵਟ ਯੂ ਥਿੰਕ ਦਿਸ ਵਿੰਟਰ ਸੈਸ਼ਨ, ਜਿਹੜਾ ਹੁਣ ਵਿੰਟਰ ਸੈਸ਼ਨ ਹੋਊਗਾ ਇਸ ਤੋਂ ਬਾਅਦ ਜਿਹੜਾ ਹੁਣ ਇਹ ਹੋਇਆ, ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆਉਣਗੀਆਂ, ਅਤੇ ਉੱਥੇ ਡਿਫੇਮ ਕੀਤਾ ਜਾਏਗਾ ਅਕਾਲੀ ਦਲ ਨੂੰ, ਬੀਜੇਪੀ ਨੂੰ, ਬਿਕੋਜ਼ ਭਾਈਵਾਲ ਨੇ ਦੋਨੋਂ, ਚਲੋ ਐਂਡ ਆਫ ਦ ਡੇ ਅਕਾਲੀ ਦਲ ਡੀਫੇਮ ਹੋਏਗੀ, ਤਾਂ ਤੁਹਾਨੂੰ ਲੱਗਦਾ ਕਿ ਇਹ ਮੁੱਦਾ ਉਸ ਟਾਈਮ ਵੀ ਚੁੱਕਿਆ ਜਾਏਗਾ ਤਾਂ ਕਿ 2019 ਜੋ ਲੋਕ ਸਭਾ ਨੂੰ ਗੇਨ ਕੀਤਾ? ਲੱਗਦਾ ਇਹ ਮੁੱਦਾ ਤਾਂ ਲੋਕ ਸਭਾ ਇਲੈਕਸ਼ਨਾਂ 'ਚ ਚੁੱਕਿਆ ਹੀ ਜਾਏਗਾ, ਕਿਉਂਕਿ ਇਹਨਾਂ ਨੂੰ ਇੱਕ ਕਾਂਗਰਸ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਪੰਜਾਬ ਕਾਂਗਰਸ ਨੂੰ ਇੱਕ ਬਹੁਤ ਵੱਡਾ ਹਥਿਆਰ ਮਿਲ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜੀ। ਹੁਣ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਉਹਨੂੰ ਵੀ ਇੱਕ ਹਥਿਆਰ ਮਿਲ ਗਿਆ ਕਿ ਦੇਖੋ ਜੀ ਸਾਨੂੰ ਇਹਨਾਂ ਨੇ ਗਲਤ ਰਿਪੋਰਟ ਬਣਾ ਕੇ ਡਿਫੇਮ ਕੀਤਾ, ਸਾਨੂੰ SGPC ਨੇ ਵੀ ਇਸ ਰਿਪੋਰਟ ਨੂੰ ਖਾਰਿਜ ਕਰਤਾ, ਬਾਕੀ ਸਾਰਿਆਂ ਨੇ ਵੀ ਕਰਤਾ। ਹੁਣ ਦੋਨੋਂ ਪਾਸੇ ਇਹ ਤਾਂ ਜੰਮ ਕੇ ਸਿਆਸਤ ਹੋਏਗੀ, ਇਹ ਮੁੱਦਾ ਇਲੈਕਸ਼ਨਾਂ 'ਚ ਤਾਂ ਉਛਲੇਗਾ, ਲੇਕਿਨ ਮੰਨ ਕੇ ਚੱਲੋ ਜਦ ਤੱਕ ਵਿੰਟਰ ਸੈਸ਼ਨ ਆਏਗਾ ਤਦ ਤੱਕ ਕੁਝ ਹੋਰ ਨਵੀਂ ਚੀਜ਼ ਨਿਕਲ ਆਏਗੀ, ਕਿਉਂਕਿ ਇਹ ਹੈ ਕਿ ਇਹ ਹੁਣ ਡਿਲੇ ਕਰ ਦਿੱਤਾ। ਸਾਡੇ ਕਾਲਰਸ ਜੁੜੇ ਹੋਏ ਨੇ, ਸਾਡੇ ਬੈਕਬੋਨ ਨੇ ਇਸ ਸ਼ੋਅ ਦੇ, ਉਹਨਾਂ ਦੇ ਵੀ ਵਿਚਾਰ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਆਈ ਹੈਵ ਸੀਨ ਯੂਅਰ ਮੇਲ, ਥੈਂਕ ਯੂ ਵੈਰੀ ਮੱਚ ਫੋਰ ਰਾਈਟਿੰਗ ਅਸ। ਯਾ, ਮੈਂ ਕੱਲ੍ਹ ਮਿਸ ਕਰ ਗਿਆ ਅਤੇ ਇਟ ਵਾਜ਼ ਇੰਟਰਸਟਿੰਗ। ਮੈਂ ਉਹਦੇ 'ਤੇ ਕੁਛ ਕਹਿਣਾ ਚਾਹੁੰਦਾ ਕਿ ਜਿਹੜਾ ਹੈਗੇ ਬਹੁਤ ਸਾਰੇ ਇਹਦੇ ਉੱਤੇ ਡਿਸਕਸ਼ਨ ਹੋਈ ਕਿ ਜੀ ਲੀਕ ਹੋ ਗਈ ਆ ਰਿਪੋਰਟ, ਮਗਰ ਮੈਂ ਸੋਚਦਾ ਕਿ ਅਗਰ ਲੀਕ ਹੋ ਗਈ ਆ ਇਟ ਡਜ਼ਨਟ ਮੈਟਰ, ਉਹਦੇ 'ਤੇ ਉਹਦੇ ਕੋਲ ਕੰਟੈਂਟਸ ਤਾਂ ਚੇਂਜ ਨਹੀਂ ਹੋਏਗਾ। ਜੀ ਜੀ, ਕੰਟੈਂਟਸ ਚੇਂਜ ਨਹੀਂ ਹੋਏ। ਜੀ ਜੀ, ਰਿਪੋਰਟ ਇਸ ਇੰਟੈਕਟ, ਆਈ ਥਿੰਕ ਅ ਵੈਲਿਡ ਕੁਐਸਚਨ, ਦੈਟਸ ਨੋਟ ਅ ਬਿਗ ਇਸ਼ੂ ਕਿ ਲੀਕ ਹੋ ਗਈ ਨਹੀਂ ਲੀਕ ਹੋ ਗਈ। ਆਈ ਥਿੰਕ ਤੁਸੀਂ ਬਹੁਤ 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 ਅਹਿਮ ਗੱਲ ਚੁੱਕੀ ਹੈ ਜੀ। ਯਾ, ਅੱਛਾ, ਦੂਸਰੀ ਚੀਜ਼ ਹੈ, ਮੈਂ ਕਹਿੰਦਾ ਕਿ ਜੇ ਇਹ ਰਿਪੋਰਟ ਨੂੰ ਜਸਟਿਸ ਨੂੰ ਦਿੱਤੀ ਸੀਗੀ ਇਹਦੇ ਵਾਸਤੇ ਰਿਪੋਰਟ ਤਿਆਰ ਕਰਨ ਲਈ, ਜੀ I don't know what is the position ke ohdi koi legal ji backing hai ki nahi ho, that should be imposed by any law or any should be enforced by some body, correct culprit hai gaya, correct, hai there should be some sort of force behind that to impose it, ji ji ji, I think baki dusri ho tusi oh hun gal phir koi kahi si which is very true ke hun it should be it should be under investigation further honi ya,
दूसरी गल है कि अगर अगर जी गवर्नमेंट हैगी बादल गवर्नमेंट दैट वाज रिस्पॉन्सिबल वेदर के जो पुलिस ऑफिसर्स ने एक्शन लिया ऑफ इट्स ओन और बाय द ऑर्डर्स फ्रॉम सम पॉलिटिशियंस मिनिस्टर या चीफ मिनिस्टर इट डजंट मैटर ओवरऑल रिस्पॉन्सिबिलिटी इज ऑफ द गवर्नमेंट आई थिंक रिस्पॉन्सिबिलिटी गवर्नमेंट की हैगी और सवाल इतने अहम है बनता है कि तुम पहले सी बी आई दे के हम पुलिस के कोल वापस तफ्तीश लियाओ तो एक सवाल जरूर इतने क्वेश्चन मार्क दिता है कि आखिरकार की हट्टी सट्टी है थैंक यू वेरी मच जसपाल जी फॉर योर वैल्यूएबल फीडबैक एंड फॉर योर सजेशन मैं फिलहाल एक निके जे वक्फे लेते रुक रहा समा मैं इतने कमर्शियल ब्रेक के लिए रोक रहा मैं वेख पा रहा काफ़ी सारी कॉल्स इस टाइम क्यू के तुम अपने फोन कॉल्स ना कट्यो मैं क्यू के पा दी कॉल्स लवागा तो फोन कॉल्स इस ब्रेक तो उस पार